स्वागत है जी तुहाडे सारेयां दा डेली ब्लॉग दे विच। चले सां पट्ठे लैण 8 सिलेंडर दे उत्ते, अपने मस्त चाल दे विच जांदा पिआ ते रस्ते बहुत ही जबरदस्त ने अपने। ते उदू बाद पट्ठे लिया के अज जिवें मौसम ठीक है, धुप वधिया लगी है, सब तो पहलां धोवांगे मझां वाले गद्दे ते उदू बाद मझां नूं नवावांगे ते तेल तूल ला के अज उहनां दी खुशकी चक्कांगे ते ਵਿਖਾਵਾਂਗੇ ਤੁਹਾਨੂੰ ਸਾਰਾ। ਜੁੜੇ ਰਹੋ ਵੀਡੀਓ ਦੇ ਨਾਲ, ਲਾਈਕ ਕਰਿਓ ਵੀਡੀਓ ਨੂੰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਨੇ ਨਹੀਂ ਕੀਤਾ, ਅਤੇ ਅੱਗੇ ਸ਼ੇਅਰ ਵੀ ਕਰਿਓ ਤਾਂ ਜੋ ਹੋਰ ਦੋਸਤਾਂ ਤੱਕ ਪਹੁੰਚ ਸਕੇ। ਗੱਦੇ ਲੱਗੇ ਆ ਧੋਣ, ਜਿਵੇਂ ਬਾਹਰ ਕੱਢ ਕੇ ਗੱਦੇ ਧੋਨੇ ਆ, ਮੋਟਰ ਚਲਾ ਲਾਂਗੇ ਖੇਲ 'ਚ ਪਾਣੀ ਜਿਵੇਂ ਪਾਈ ਜਾਵਾਂਗੇ ਉੱਤੇ, ਅਤੇ ਆਰਾਮ ਨਾਲ ਦੋਨੇ ਪਾਸਾ ਜਿਵੇਂ ਸਾਈਡਾਂ ਧੋ ਕੇ ਅਤੇ ਫਿਰ ਇੱਥੇ ਸਾਈਡ 'ਤੇ ਰੱਖ ਕੇ ਨਾਲ ਸੁੱਕ ਜਾਏਗਾ ਅਤੇ ਉਦੋਂ ਬਾਅਦ ਸ਼ਾਮੀ ਮੱਝਾਂ ਥੱਲੇ ਵਿਛਾ ਦਾਂਗੇ। ਗੱਦੇ ਵਾਸ਼ ਕਰਕੇ ਆਪਾਂ ਸਾਈਡ 'ਤੇ ਰੱਖਦੇ ਨੇ ਅਤੇ ਹੁਣ ਮੱਝਾਂ ਨੂੰ ਨਵਾਉਂਦੇ ਹਾਂ। ਪੈਪ ਰੱਖਤਾ ਸੀ ਆਪਾਂ ਬਾਹਰ ਤਾਂ ਜੋ ਠੰਡ 'ਚ ਜਿਵੇਂ ਆਕੜ ਜਿਹੀ ਜਾਂਦਾ ਅਤੇ ਹੁਣ ਨੋਰਮਲ ਹੋ ਗਿਆ ਹੁਣ, ਅਤੇ ਲਾਉਂਦੇ ਹਾਂ ਵਾਲ ਦੇ ਨਾਲ ਅਤੇ ਉਦੋਂ ਬਾਅਦ ਨਵਾਉਂਦੇ ਹਾਂ ਮੱਝਾਂ ਅਤੇ ਵਿਖਾਉਂਦੇ ਹਾਂ ਤੁਹਾਨੂੰ। ਪੈਪ ਨੂੰ ਕਰਨੇ ਵਾਲ 'ਚ ਫਿੱਟ ਅਤੇ ਉਦੋਂ ਬਾਅਦ ਨਵਾਉਂਦੇ ਹਾਂ। ਮੋਟਰ ਚਲਾਤੀ ਆ ਆਪਾਂ, ਮੱਝਾਂ ਧੁੱਪ ਦਾ ਨਜ਼ਾਰਾ ਲੈਂਦੀਆਂ ਨੇ, ਉੱਠ ਗਈਆਂ ਉਹਨਾਂ ਨੂੰ ਵੇਖ ਕੇ, ਪੈਪ ਲਾ ਕੇ ਉਦੋਂ ਬਾਅਦ ਇੱਕ ਇੱਕ ਕਰਕੇ ਆਪਾਂ ਨਵਾ ਦਿੰਦੇ ਹਾਂ। ਤਾਜ਼ਾ ਪਾਣੀ ਹੈ ਪੂਰਾ, ਲੈਣਗੇ ਨਜ਼ਾਰਾ ਲੁਫ਼ਤ। ਅਤੇ ਉਦੋਂ ਬਾਅਦ ਇੱਥੇ ਸੰਗਲ ਦਾ ਆਪਣਾ ਹੈਗਾ ਸਿਸਟਮ, ਸੰਗਲ ਆਪਾਂ ਬੰਨ ਕੇ ਇੱਕ ਇੱਕ ਕਰਕੇ ਫਿਰ ਆਰਾਮ ਨਾਲ ਨਵਾਈਆਂ ਜਾਂਦੀਆਂ, ਨਹੀਂ ਫਿਰ ਕੋਈ ਇੱਕ ਦੂਜੇ ਨੂੰ ਮਾਰਨ ਲੱਗ ਜਾਂਦੇ ਜਿਵੇਂ ਭੱਜਦੀਆਂ ਨੇ। ਸੰਗਲ ਖੋਲ੍ਹ ਕੇ ਅਤੇ ਉੱਥੇ ਬੰਨ ਕੇ ਇੱਕ ਇੱਕ ਕਰਕੇ ਨਵਾ ਦਿੰਦੇ ਹਾਂ। ਮੱਝ ਬੰਨਤੀ ਆਪਾਂ ਪਹਿਲੀ ਜੀ ਅਤੇ ਨਵਾਉਂਦੇ ਹਾਂ ਹੁਣ, ਅਤੇ ਲਵੋ ਤੁਸੀਂ ਵੀ ਨਜ਼ਾਰਾ, ਜੁੜੇ ਰਹੋ ਵੀਡੀਓ ਦੇ ਨਾਲ। ਇੱਕ ਇੱਕ ਕਰਕੇ ਸਾਰੀਆਂ ਨਵਾ ਦਿੰਦੇ ਹਾਂ, ਤਾਜ਼ਾ ਪਾਣੀ ਹੈ। ਨਵਾ ਕੇ ਉਦੋਂ ਬਾਅਦ ਤੇਲ ਲਾ ਕੇ ਪੂਰੀਆਂ ਲਿਸ਼ਕਾ ਦਿੰਦੇ ਹਾਂ, ਅੱਜ ਜਿਵੇਂ ਮੇਲੇ 'ਤੇ ਜਾਣ ਲਈ ਤਿਆਰ ਕਰੀ ਦੀਆਂ ਨੇ। ਮੱਝਾਂ ਨਵਾਤਾ ਜੀ ਸਾਰਿਆਂ ਨੂੰ ਆਪਾਂ, ਅਤੇ ਹੁਣ ਧੁੱਪ 'ਚ ਖਿਲਾਰਿਆ ਜਿਵੇਂ 15-20 ਮਿੰਟ ਇਹਨਾਂ ਨੂੰ ਆਵੇ ਧੁੱਪ 'ਚ ਸੁਕਾ ਕੇ, ਉਦੋਂ ਬਾਅਦ ਪਾਵਾਂਗੇ ਪੱਠੇ, ਪੱਠੇ ਪਾ ਕੇ ਫਿਰ ਗੱਦੇ ਵਿਛਾ ਕੇ ਥੱਲੇ ਜਿਵੇਂ ਇਹਨਾਂ ਦੇ, ਅਤੇ ਉਦੋਂ ਬਾਅਦ ਲਾਵਾਂਗੇ ਸਿੰਗਾਂ ਨੂੰ ਇਹਨਾਂ ਦੇ ਸਰੋਂ ਦਾ ਤੇਲ, ਜਿਵੇਂ ਮਾੜੀ ਮੋਟੀ ਜਿਹੜੀ ਖੁਸ਼ਕੀ ਜਿਹੀ ਰਹਿੰਦੀ ਹੈ ਜਿਵੇਂ ਉਹ ਆਪਣੀ ਦੂਰ ਹੋ ਜਾਂਦੀ, ਫਿਰ ਖਾਰਸ਼ ਨਹੀਂ ਕਰਦੀਆਂ ਜਿਵੇਂ ਮੱਝਾਂ, ਨਹੀਂ ਤਕਰੀਬਨ ਜਿਵੇਂ ਰਗੜ ਕੇ ਮੱਝਾਂ ਆਪਣਾ ਖੂਨ ਕੱਢ ਦਿੰਦੀਆਂ ਨੇ, ਉਹ ਚੀਜ਼ ਦਾ ਫਿਰ ਬਚਾਅ ਰਹਿ ਜਾਂਦਾ ਐਵੇਂ। ਲਾਉਂਦੇ ਹਾਂ ਜੀ ਹੁਣ ਤੇਲ, ਤੇਲ ਲਏ ਸਾਂ ਆਪਾਂ, ਅਤੇ ਲਾਉਂਦੇ ਹਾਂ ਇਹਨਾਂ ਨੂੰ ਤੇਲ, ਸਿੰਗਾਂ ਨੂੰ ਲਾਵਾਂਗੇ ਅਤੇ ਉਦੋਂ ਬਾਅਦ ਪਿੱਠ 'ਤੇ ਲਾ ਦਾਂਗੇ, ਜਿਵੇਂ ਇਹਦੇ ਨਾਲ ਸਾਰੀ ਸੈਟਿੰਗ ਜਾ ਜਾਏਗੀ, ਜਿਵੇਂ ਆਹ ਤੁਸੀਂ ਆ ਜਿਹੜੇ ਖੁਸ਼ਕੀ ਜੀ ਵੇਖ ਰਹੇ ਹੋ ਇਹ ਦੂਰ ਹੋ ਜਾਏਗੀ। ਵਿਖਾਉਂਦੇ ਹਾਂ ਤੁਹਾਨੂੰ,